ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਲੇਟੈਸਟ ਰਿਕਰੂਟਮੈਂਟ ਅਪਡੇਟ ਜਿਹੜਾ ਜੀ ਆਊਟ ਕਰ ਦਿੱਤਾ ਗਿਆ ਜਿਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਲੋਕੇਸ਼ਨ ਤੁਹਾਡੀ ਪੰਜਾਬ ਹੀ ਰਹੇਗੀ ਜਿਹਦੇ ਲਈ ਤੁਸੀਂ ਅਪਲਾਈ ਕਰਨਾ ਹੈ ਜੀ ਕਿੱਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਚ ਦਵਾਂਗਾ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਚੈਨਲ ਤੇ ਆਇਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਤੇ ਸਮਾਰੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜਿਹਦੇ ਲਈ ਸਿੰਪਲੀ ਤੁਸੀਂ Google 'ਚ ਜਾਣਾ ਹੈ ਔਰ ਉੱਥੇ ਜਾ ਕੇ ਟਾਈਪ ਕਰਨਾ ਹੋਵੇਗਾ www.clori.com ਤੇ ਫਰਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਵੇਗੀ ਉਥੋਂ ਸਾਰੇ ਜੋਬ ਰਿਲੇਟਡ ਅਪਡੇਟਡ ਨੇ ਤੁਸੀਂ ਲੈ ਸਕਦੇ ਹੋ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜਿਨ੍ਹਾਂ ਨੇ ਹ ਤਾਂ ਤੇ ਉਹਨੂੰ ਵੀ ਜ਼ਰੂਰ ਕਰ ਲਿਓ ਉੱਥੋਂ ਵੀ ਸਾਰੇ ਜੌਬ ਰਿਲੇਟਡ ਅਪਡੇਟ ਜਿਹੜੇ ਨੇ ਤੁਹਾਨੂੰ ਮਿਲ ਹੀ ਜਾਂਦੇ ਨੇ ਤੇ ਤੁਸੀਂ ਚੈੱਕ ਕਰਕੇ ਅਪਲਾਈ ਜਿਹੜਾ ਤੁਸੀਂ ਕਰ ਸਕਦੇ ਹੋ ਜੀ ਤੇ ਚਲੋ ਚੱਲਦੇ ਆ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਇਹ ਨੋਟੀਫਿਕੇਸ਼ਨ ਦੇ ਲਈ ਅਪਲਾਈ ਕਰਨਾ ਜਿਹੜੇ ਜੀ ਆਲਰੇਡੀ 1 ਜੂਨ ਤੋਂ ਸਟਾਰਟ ਹੋ ਚੁੱਕਾ ਹੈ ਇਹਦੇ ਵਿੱਚ ਤੁਹਾਡੀ ਵਾਕਿੰਗ ਇੰਟਰਵਿਊ ਜਿਹੜੀ ਹੋਣੀ ਹੈ ਉਸੇ ਦੇ ਬੇਸਿਸ ਤੇ ਸਿਲੈਕਸ਼ਨ ਹੈ ਮਤਲਬ ਇਹ ਚ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਵੀ ਐਗਜ਼ਾਮ ਜਿਹੜਾ ਜੀ ਇੱਥੇ ਨਹੀਂ ਹੋਣਾ ਠੀਕ ਹੈ ਜੀ ਇੱਥੇ ਸਿਰਫ ਔਰ ਸਿਰਫ ਤੁਹਾਡੀ ਵਾਕਿੰਗ ਇੰਟਰਵਿਊ ਹੋਣੀ ਹੈ ਜਿਹਦੇ ਲਈ ਤੁਸੀਂ ਇੱਥੇ ਕਲਿੱਕ ਕਰਨਾ ਹੈ ਵਾਕ ਇੰਟਰਵਿਊ ਦੇ ਲਈ ਇਹਦੇ ਵਿੱਚ ਇੱਕ ਫਾਰਮ ਤੁਹਾਨੂੰ ਜ਼ਰੂਰ ਭਰਨਾ ਪੈਣਾ ਹੈ ਇਹ ਤੁਸੀਂ ਦੇਖ ਸਕਦੇ ਹੋ Google ਫਾਰਮ ਹੈ ਇੱਥੇ ਕਲਿੱਕ ਕਰੋਗੇ ਇੱਕ ਤੁਹਾਡਾ ਵੈਬ ਪੇਜ ਓਪਨ ਹੋ ਜਾਏਗਾ ਜਿਹਦੇ ਵਿੱਚ ਤੁਹਾਨੂੰ ਆਪਣ ਦੀ ਡਿਟੇਲਾਂ ਹੋਣ ਗਿਆ ਉਹ ਤੁਸੀਂ ਭਰਨੀਆਂ ਨੇ ਇੱਥੇ ਲਾਸਟ ਡੇਡ ਫਾਰਮ ਭਰਨ ਦੀ 28 ਜੂਨ 2024 ਸ਼ਾਮ 5 ਵਜੇ ਤੱਕ ਤੁਸੀਂ ਫਾਰਮ ਭਰ ਸਕਦੇ ਹੋ ਜੀ ਠੀਕ ਹੈ ਜੀ ਆਨਲਾਈਨ ਅਪਲਾਈ ਕਰਨਾ ਹੈ ਇਹਦੇ ਲਈ ਤੁਸੀਂ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਟੈਕਨੀਸ਼ੀਅਨ ਦੀਆਂ ਵੈਕੈਂਸੀਜ਼ ਨੇ ਜਿਹੜੀਆਂ ਕਿ ਆਊਟ ਕੀਤੀਆਂ ਗਈਆਂ ਨੇ ਜੀ ਇਸ ਦੇ ਵਿੱਚ 5 ਪੋਸਟਾਂ ਨੇ ਦੋ ਅਨਰਿਜ਼ਰਵਡ ਦੇ ਲਈ ਮਤਲਬ ਜਨਰਲ ਕੈਟਾਗਰੀ ਦੇ ਲਈ OBC ਦੇ ਲਈ ਇੱਕ SC ਦੇ ਲਈ ਇੱਕ ਤੇ EWS ਦੇ ਲਈ ਇੱਕ ਹੈ 52100 ਤੁਹਾਡੀ ਕਨਸੋਲੀਡੇਟਡ ਮਤਲਬ ਟੋਟਲ ਜਿੰਨੀ ਵੀ ਤੁਹਾਡੀ ਲੰਮਸਮ ਸੈਲਰੀ ਬਣਦੀ ਹੈ ਉਹ 53100 ਰਵੇਗੇ ਥੇ ਠੀਕ ਹੈ ਜੀ ਇੰਟਰਵਿਊ ਬੇਸਿਸ ਤੇ ਤੁਹਾਡੀ ਇੱਥੇ ਸਿਲੈਕਸ਼ਨ ਹੋਣੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਕੈਂਡੀਡੇਟ ਅਪਲਾਈ ਨਹੀਂ ਕਰ ਪਾਰੇ ਉਹ ਇੱਥੇ ਕਲਿੱਕ ਕਰਕੇ ਤੁਸੀਂ ਅਪਲਾਈ ਕਰਨਾ ਹੈ ਇਹ ਫਾਰਮ ਤੁਸੀਂ ਦੇਖ ਸਕਦੇ ਹੋ ਇਹ ਮੈਂ ਤੁਹਾਨੂੰ ਲਿੰਕ ਡਾਇਰੈਕਟਲੀ ਡਿਸਕ੍ਰਿਪਸ਼ਨ ਚ ਦੇ ਦੇਵਾਂਗਾ ਇਹਦੇ ਲਈ ਜਿਹਨਾਂ ਕੈਂਡੀਡੇਟਸ ਨੇ ਬੀਏਸੀ ਆਨਰਸ ਕੀਤੀ ਹੈ 3 ਸਾਲ ਦਾ ਕੋਰਸ ਹੈ ਰੇਡੀਓਗ੍ਰਾਫੀ ਰੀਡੀਓਥੈਰੇਪੀ ਦਾ ਠੀਕ ਹੈ ਜੀ ਉਹ ਅਪਲਾਈ ਕਰ ਸਕਦੇ ਨੇ ਡਿਪਲੋਮਾ ਕੀਤਾ ਹੋਇਆ ਰੀਡੀਓਥੈਰੇਪੀ ਰੇਡੀਓਲੋਜੀ ਦੇ ਵਿੱਚ ਠੀਕ ਹੈ 20 ਸਾਲ ਦਾ ਐਕਸਪੀਰੀਅੰਸ ਹੈਗਾ ਹੈ ਬੀਐਸਸੀ ਆਨਰਸ ਵਾਲਿਆਂ ਨੂੰ ਐਕਸਪੀਰੀਅੰਸ ਦੀ ਲੋੜ ਨਹੀਂ ਹੈ ਡਿਪਲੋਮਾ ਵਾਲਿਆਂ ਨੂੰ ਹੋਵੇਗੀ 21 ਤੋਂ ਲੈ ਕੇ 35 ਸਾਲ ਤੱਕ ਦੇ ਕੈਂਡੀਡੇਟ ਨੇ ਉਹ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਜਿੰਨਾਂ ਕੋਲ ਕੰਪਿਊਟਰਸ ਹੈਂਡ-ਆਨ ਐਕਸਪੀਰੀਅੰਸ ਹੈਗਾ ਠੀਕ ਹੈ ਜੀ ਉਹਨਾਂ ਨੂੰ ਇੱਥੇ ਜਿਹੜਾ ਹੈ ਜਿਆਦਾ ਫਾਇਦਾ ਮਿਲ ਸਕਦਾ ਹੈ ਏਜ ਲਿਮਿਟ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਇੱ ਜਿਹੜਾ ਜਿਹੜਾ ਜੀ ਐਸਸੀ ਤਿੰਨ ਸਾਲ ਦਾ ਓਬੀਸੀ ਕੈਂਡੀਡੇਟ ਨੂੰ ਏਜ ਰੈਲੈਕਸੇਸ਼ਨ ਇੱਥੇ ਜਿਹੜਾ ਤੁਹਾਡਾ ਰਹਿਣ ਵਾਲਾ ਹੈ ਠੀਕ ਹੈ ਜੀ ਐਸ ਪਰ ਰੂਲ ਇੱਥੇ ਤੁਹਾਡੀ ਏਜ ਹੈਗੀ ਹੈ ਕਿਹੜੇ ਕਿਹੜੇ ਪ੍ਰੂਫ ਨਾਲ ਲਗਾਣੇ ਨੇ ਤੁਸੀਂ ਅਗਰ ਤੁਸੀਂ ਕਿਤੇ ਵਰਕਿੰਗ ਹੋ ਤੇ ਅਗਰ ਐਪਲੀਕੇਬਲ ਹੈ ਲਿਖਿਆ ਹੀ ਹੋਇਆ ਉਹਨਾਂ ਨੇ ਅਗਰ ਐਪਲੀਕੇਬਲ ਹੈ ਤਾਂ ਤੁਹਾਡੇ ਕੋਲ ਐਨਓਸੀ ਚਾਹੀਦੀ ਹੋਵੇਗੀ ਤੁਹਾਨੂੰ ਅਗਰ ਤੁਸੀਂ ਕਿਤੇ ਵਰਕਿੰਗ ਹੋ ਰੈਜ਼ੀਡੈਂਸ ਪ੍ਰੂਫ ਤੁਹਾਡੇ ਕੋਲ ਹੋਣਾ ਚਾਹੀਦਾ ਏਜ ਪ੍ਰੂਫ ਕੁਆਲੀਫਿਕੇਸ਼ਨ ਪ੍ਰੂਫ ਐਕਸਪੀਰੀਅੰਸ ਸਰਟੀਫਿਕੇਟ ਅਗਰ ਹੈਗਾ ਤਾਂ ਠੀਕ ਹੈ ਨਹੀਂ ਤੇ ਜਿਹੜੇ ਕੈਂਡੀਡੇਟ ਆਨਰਸ ਜਿਨ੍ਹਾਂ ਨੇ ਉਹ ਫਾਰਮੈਟ ਨੀਚੇ ਦਿੱਤੇ ਹੋਏ ਨੇ ਐਪਲੀਕੇਸ਼ਨ ਫੀ ਠੀਕ ਹੈ ਜੀ ਉਹ ਤੁਸੀਂ ਨੈੱਫਟ ਥਰੂ ਭਰਨੀ ਹੈ ਜਿਹੜੀ ਇੱਥੇ ਲਿਖੀ ਹੋਏ ਨਾਨ ਰਿਫੰਡੇਬਲ ਜਿਹੜੀ ਰਹੇਗੀ ਇਸ ਦੇ ਵਿੱਚ ਅਨਰਿਜ਼ਰਵਡ OBC EWS ਦੇ ਲਈ 1180 ਰੁਪਏ ਨੇ ਐਪਲੀਕੇਸ਼ਨ ਫੀ SC ਦੇ ਕੈਂਡੀਡੇਟ ਦੇ ਲਈ 590 ਰੁਪਏ ਰਹਿਣ ਵਾਲੀ ਹੈ ਤੇ ਪਰਸਨਲ ਵੀ ਡਿਸੇਬਿਲਟੀ ਵਾਲੇ ਕੈਂਡੀਡੇਟਸ ਲਈ ਵੀ ਰਹੇਗੀ ਇਹ ਸਾਰੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਾਣਗੇ ਚੈੱਕ ਕਰਕੇ ਤੁਸੀਂ ਅਪਲਾਈ ਕਰ ਲਿਓ ਨੋਟੀਫਿਕੇਸ਼ਨ ਐਮਸ ਬਠਿੰਡਾ ਦੇ ਵੱਲੋਂ ਜਾਰੀ ਜਿਹੜਾ ਹੈ ਉਹ ਕੀਤਾ ਗਿਆ ਹੈ ਜੀ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀ ਧੰਨਵਾਦ ਜੀ